ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਸੁਖਬੀਰ ਬਾਦਲ ਵੱਲੋਂ ਚਲਾਈਆਂ ਬੱਸਾਂ ਬੰਦ ਕਰਨ ਤੇ ਸੀਐਮ ਭਗਵੰਤ ਮਾਨ ਨੂੰ ਸਿੱਧਾ ਹੀ ਹੋ ਨਿਕਲਿਆ ਮਨਦੀਪ ਮੰਨਾ। ਜੀ ਹਾਂ, ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜੋ ਪ੍ਰੋਜੈਕਟ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ। ਇਹ ਤੁਹਾਨੂੰ ਦੱਸਣਾ ਚਾਹਾਂਗੇ ਉਹ ਪ੍ਰੋਜੈਕਟ ਜਿਹੜਾ ਹੈ ਬੰਦ ਹੋਇਆ। ਸੋ ਜਿੱਥੇ ਕਿ ਮਨਦੀਪ ਮੰਨਾ ਨੇ ਸੀਐਮ ਭਗਵੰਤ ਮਾਨ ਨੂੰ ਉਸਦਾ ਜ਼ਿੰਮੇਵਾਰ ਠਹਿਰਾਇਆ, ਸੀਐਮ ਭਗਵੰਤ ਮਾਨ ਜਿਹੜੇ ਨੇ ਉਸ ਪ੍ਰੋਜੈਕਟ ਨੂੰ ਬੰਦ ਕਰਨ ਪਿੱਛੇ ਬਹੁਤ ਵੱਡਾ ਸਟੈਂਡ ਲੈ ਗਏ ਨੇ ਔਰ ਕਿਤੇ ਨਾ ਕਿਤੇ ਲੋਕਾਂ ਦਾ ਪੈਸਾ ਬਰਬਾਦ ਕੀਤਾ, ਜਿਹੜੀ ਗੱਲ ਮਨਦੀਪ ਮੰਨਾ ਨੇ ਸਾਫ਼ ਕਰ ਦਿੱਤੀ ਹੈ। ਤੁਹਾਨੂੰ ਦੱਸਣਾ ਚਾਹਾਂਗੇ 1000 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ, ਜੋ ਏਸੀ ਬੱਸਾਂ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਲੋਕਲ ਬੱਸ ਸਰਵਿਸ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ, ਆਖਿਰਕਾਰ ਉਹ ਪ੍ਰੋਜੈਕਟ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੰਦ ਕਰ ਦਿੱਤਾ ਗਿਆ। 2023 ਦੇ ਵਿੱਚ ਉਹ ਪ੍ਰੋਜੈਕਟ ਬੰਦ ਹੋਇਆ। ਸੋ ਆਖਰ ਉਹਨਾਂ ਬੱਸਾਂ ਨੂੰ, ਜਿਹੜੀਆਂ ਬੱਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸੋ ਆਖਰਕਾਰ ਉਹ ਬੱਸਾਂ ਖੜੀਆਂ ਜਿਹੜੀਆਂ ਨੇ ਖਰਾਬ ਹੋ ਗਈਆਂ ਨੇ। ਆਖਰ ਉਹਨਾਂ ਬੱਸਾਂ ਨੂੰ ਕਿਤੇ ਵੀ ਕਿਤੇ ਨਹੀਂ ਲਾਇਆ ਗਿਆ। ਇਸ ਜਿੱਦ ਦੇ ਵਿੱਚ ਉਹ ਪ੍ਰੋਜੈਕਟ ਬੰਦ ਕੀਤਾ ਗਿਆ, ਕਿਉਂਕਿ ਉਹ ਪ੍ਰੋਜੈਕਟ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵੱਲੋਂ ਚਲਾਇਆ ਗਿਆ ਸੀ। ਮਨਦੀਪ ਮੰਨਾ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਚਲਾਇਆ ਸੀ, ਤੁਹਾਡੇ ਵਿਰੋਧੀਆਂ ਨੇ ਚਲਾਇਆ ਸੀ, ਤੁਸੀਂ ਇਸ ਨੂੰ ਬੰਦ ਨਹੀਂ ਸੀ ਕਰਨਾ, ਇਸ ਨੂੰ ਚਲਾਈ ਰੱਖਣਾ ਸੀ। ਜੇਕਰ ਦੁਸ਼ਮਣ ਵੀ ਕੋਈ ਚੰਗਾ ਕੰਮ ਕਰੇ, ਆਖਰ ਦੁਨੀਆ ਦੀ ਭਲਾਈ ਲਈ ਕੰਮ ਕਰੇ, ਤਾਂ ਉਸਨੂੰ ਨਕਾਰਨਾ ਨਹੀਂ ਚਾਹੀਦਾ, ਬਲਕਿ ਉਸਨੂੰ ਵੀ ਜਿਹੜਾ ਹੈ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਮਨਦੀਪ ਮੰਨਾ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸਦਾ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਲੋਕ ਕਿੰਨਾ ਇਸਦਾ ਆਨੰਦ ਮਾਣਦੇ ਸੀ। ਸਰਕਾਰੀ ਏਸੀ ਬੱਸਾਂ ਜਿਹੜੀਆਂ ਸੀ ਉਹ ਚੱਲਦੀਆਂ ਸੀ, ਆਖਰ ਲੋਕ ਗਰਮੀ ਦੇ ਵਿੱਚ ਇਸਦਾ ਸਭ ਤੋਂ ਵੱਧ ਆਨੰਦ ਉਠਾਉਂਦੇ ਸੀ। ਇਸਦੀ ਟਿਕਟ ਵੀ ਬਹੁਤ ਜ਼ਿਆਦਾ ਘੱਟ ਰੱਖੀ ਗਈ ਸੀ ਔਰ ਟਿਕਟ ਜਿਹੜੀ ਹੈ ਬਹੁਤ ਜ਼ਿਆਦਾ ਘੱਟ ਸੀ, 10 ਰੁਪਏ ਤਕਰੀਬਨ ਇਸਦੀ ਟਿਕਟ ਸੀ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਲੋਕਾਂ ਨੂੰ ਠੰਡ ਦੇ ਵਿੱਚ ਵੀ, ਠੰਡ ਤੋਂ ਬਚਾਉਣ ਦੇ ਵਿੱਚ ਇਹ ਬੱਸਾਂ ਕਾਰਗਰ ਸਾਬਤ ਸੀ ਔਰ ਗਰਮੀ ਦੇ ਵਿੱਚ ਤਾਂ ਹੈ ਹੀ ਸੀ। ਪਰ ਇਸ ਪ੍ਰੋਜੈਕਟ ਨੂੰ ਬੰਦ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਕਮਾਈ ਦਾ ਜਿਹੜਾ ਹੈ ਨਾਜਾਇਜ਼ ਫਾਇਦਾ ਉਠਾਇਆ ਹੈ। ਆਖਰ ਜੇ ਇਹ ਬੱਸ ਸਰਵਿਸ ਜਿਹੜੀ ਹੈ ਚੱਲਦੀ ਰਹਿੰਦੀ, ਨਿਰੰਤਰ ਇਹ ਬੱਸ ਸਰਵਿਸ ਜਿਹੜੀ ਹੈ ਚੱਲਦੀ ਹੁੰਦੀ, ਤਾਂ ਸ਼ਾਇਦ ਅੱਜ ਬਿਲਕੁਲ ਲੋਕਾਂ ਨੂੰ ਜਿਹੜੀ ਹੈ ਆਸਾਨੀ ਹੋਣੀ ਸੀ ਵੱਡੀਆਂ ਵੱਡੀ ਟ੍ਰੈਫਿਕ ਦੇ ਇਲਜ਼ਾਮਸ ਤੋਂ ਔਰ ਕਿਤੇ ਨਾ ਕਿਤੇ ਲੋਕ ਆਪਣੇ ਸਾਧਨ ਜਿਹੜੇ ਸੀ ਬਹੁਤ ਘੱਟ ਚੱਕਦੇ ਸੀ, ਮੋਟਰਸਾਈਕਲ, ਸਕੂਟਰ, ਗੱਡੀ ਔਰ ਆਟੋ ਵਗੈਰਾ ਲੋਕ ਜਿਹੜੇ ਸੀ ਬਹੁਤ ਘੱਟ ਇਸਤੇਮਾਲ ਕਰਦੇ ਸੀ, ਇਹਨਾਂ ਸਰਕਾਰੀ ਏਸੀ ਬੱਸਾਂ ਦੇ ਵਿੱਚ ਜਿਹੜਾ ਹੈ ਲੋਕ ਸਫ਼ਰ ਕਰਦੇ ਸੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਉਣ ਵਾਲੇ ਜਿਹੜੇ ਸੈਲਾਨੀ ਸੀ, ਯਾਤਰੀ ਸੀ, ਉਹ ਵੀ ਜਿਹੜੇ ਸੀ ਇਹਨਾਂ ਬੱਸਾਂ ਦਾ ਆਨੰਦ ਮਾਣਦੇ ਸੀ। ਪਰ ਇਹ ਬੱਸ ਸਰਵਿਸ ਜਿਹੜੀ ਹੈ ਖੈਬੜਬਾਜ਼ੀ ਦੇ ਵਿੱਚ ਬੰਦ ਕਰ ਦਿੱਤੀ, ਲੋਕਾਂ ਦਾ ਪੈਸਾ ਬਰਬਾਦ ਕਰ ਦਿੱਤਾ, 1000 ਕਰੋੜ ਰੁਪਈਆ ਜਿਹੜਾ ਹੈ ਸਿੱਧਾ ਸ਼ਰੇਆਮ ਬੰਦ ਕੀਤਾ ਗਿਆ, ਲੋਕਾਂ ਦਾ ਪੈਸਾ ਬਰਬਾਦ ਕਰ ਦਿੱਤਾ ਗਿਆ ਅਤੇ ਉਹਨਾਂ ਬੱਸਾਂ ਦੇ ਜਿਹੜੇ ਪਾਰਟਸ ਸੀ ਉਹ ਵੀ ਜਿਹੜੇ ਨੇ ਖੁਰਦ ਬੁਰਦ ਕਰ ਦਿੱਤੇ ਗਏ ਨੇ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਇਹ ਬੱਸਾਂ ਜਿਹੜੀਆਂ ਸੀ ਆਖਰਕਾਰ ਚੱਲਣੀਆਂ ਚਾਹੀਦੀਆਂ ਸੀ, ਪਰ ਇਹਨਾਂ ਬੱਸਾਂ ਨੂੰ ਜਾਣ ਬੁੱਝ ਕੇ ਬੰਦ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮਨਦੀਪ ਮੰਨਾ ਨੇ ਇਲਜ਼ਾਮ ਲਗਾਇਆ ਕਿ ਇਹ ਬੱਸਾਂ ਨੂੰ ਬੰਦ ਕਰਕੇ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਹੈ ਨੁਕਸਾਨ ਕਰ ਦਿੱਤਾ ਮੁੱਖ ਮੰਤਰੀ ਨੇ। ਆਖਰਕਾਰ ਬਾਦਲ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਸੀ ਬਹੁਤ ਵਧੀਆ ਕੀਤਾ ਸੀ ਅੰਮ੍ਰਿਤਸਰ ਦੇ ਲਈ, ਪਰ ਮੁੱਖ
ਮੁੱਖ ਮੰਤਰੀ ਨੇ ਇਸ ਨੂੰ ਬੰਦ ਕਰਕੇ ਬਹੁਤ ਜ਼ਿਆਦਾ ਮਾੜਾ ਕੰਮ ਕੀਤਾ ਹੈ। ਸੋ ਅਮਨਦੀਪ ਵੰਨਾ ਨੇ ਇਹ ਗੱਲ ਜਿਹੜੀ ਹੈ ਕਰਕੇ ਬਿਲਕੁਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀ ਇੱਕ ਨਸੀਹਤ ਵੀ ਦਿੱਤੀ ਹੈ ਕਿ ਇਹ ਕੰਮ ਤੁਸੀਂ ਬੰਦ ਕੀਤਾ, ਇਹ ਬੱਸਾਂ ਬੰਦ ਕਰਕੇ ਬਹੁਤ ਜ਼ਿਆਦਾ ਗਲਤ ਕਰ ਦਿੱਤਾ ਹੈ। ਉੱਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰਨਾਂ ਖਾਸ ਖਬਰਾਂ ਦੀ, ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ। ਪੰਜਾਬੀ ਰੰਗ ਮੰਚ ਤੋਂ ਲੈ ਕੇ ਪੰਜਾਬੀ ਫਿਲਮਾਂ ਦੇ ਵਿੱਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ ਨੇ ਆਪਣੇ ਹੁਨਰ ਸਦਕਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਅਦਾਕਾਰੀ ਪ੍ਰਤੀ ਚੇਟਕ ਉਸਨੂੰ ਬਚਪਨ ਤੋਂ ਹੀ ਲੱਗ ਗਈ ਸੀ। ਪਿੰਡ ਵਿੱਚ ਹੋਣ ਵਾਲੀ ਰਾਮਲੀਲਾ ਦੇ ਵਿੱਚ ਉਹ ਲਗਾਤਾਰ ਭਾਗ ਲੈਂਦੇ ਸੀ। ਇਸ ਤਰ੍ਹਾਂ ਹੌਲੀ ਹੌਲੀ ਅਦਾਕਾਰੀ ਦਾ ਸ਼ੌਂਕ ਉਸਦਾ ਜਨੂਨ ਬਣ ਗਿਆ। ਬਠਿੰਡਾ ਵਿਖੇ 1938 ਦੇ ਵਿੱਚ ਉਸਦਾ ਜਨਮ ਹੋਇਆ ਤਾਂ ਮਾਪਿਆਂ ਨੇ ਉਸਦਾ ਨਾਂ ਸਰੂਪ ਸਿੰਘ ਰੱਖਿਆ। ਬਚਪਨ ਤੋਂ ਹੀ ਰੰਗ ਮੰਚ ਨਾਲ ਜੁੜਿਆ ਸਰੂਪ ਸਿੰਘ, ਜਦੋਂ ਮਹਿੰਦਰ ਸਿੰਘ ਬਾਬਰਾ ਦੇ ਥੀਏਟਰ ਕਲੱਬ ਨਾਲ ਜੁੜਿਆ ਤਾਂ ਉੱਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਅਦਾਕਾਰ ਕੰਮ ਕਰ ਰਿਹਾ ਸੀ। ਉਸਦੇ ਅਦਾਕਾਰ ਸਾਥੀ ਉਸਨੂੰ ਸਰੂਪ ਪਰਿੰਦਾ ਕਹਿਣ ਲੱਗ ਪਏ। ਸਰੂਪ ਪਰਿੰਦਾ ਦੀ ਕਾਮੇਡੀ ਦੇਖ ਕੇ ਇੱਕ ਵਾਰ ਇੱਕ ਮੰਤਰੀ ਨੇ ਉਸਨੂੰ ₹5 ਇਨਾਮ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਦਿੱਤੀ ਸੀ। ਨੌਕਰੀ ਦੌਰਾਨ ਵੀ ਉਹ ਆਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦਾ ਰਿਹਾ। ਇਸਦਾ ਹੀ ਨਤੀਜਾ ਹੈ ਕਿ ਪੰਜਾਬੀ ਹੁਣ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਆਪਣੇ ਦਿਲਾਂ ਦੇ ਵਿੱਚ ਵਸਾ ਚੁੱਕੇ ਨੇ। ਸਰੂਪ ਪਰਿੰਦਾ ਚਾਚੀ ਅਤਰੋ ਬਣ ਕੇ 5 ਦਹਾਕੇ ਪੰਜਾਬੀ ਰੰਗ ਮੰਚ 'ਤੇ ਪੰਜਾਬੀ ਫਿਲਮਾਂ ਦੀ ਸੇਵਾ ਕਰਦਾ ਰਿਹਾ ਹੈ। ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਉਸਦੀ ਪੰਜਾਬੀ ਬੋਲੀ 'ਤੇ ਪਕੜ ਬਹੁਤ ਵਧੀਆ ਸੀ। ਉਹ ਪੇਂਡੂ ਔਰਤਾਂ ਦੀ ਤਰ੍ਹਾਂ ਗੱਲਬਾਤ ਕਰਦਾ ਸੀ। ਉਸਦੀ ਬੋਲੀ ਬੋਲ ਮਾਣੀ ਅਤੇ ਰਹਿਣ ਸਹਿਣ ਪਿੰਡਾਂ ਵਿੱਚੋਂ ਨੁਹਾਰ ਬਾਖੂਬੀ ਝਲਕਦੀ ਸੀ। ਇਸ ਦੌਰਾਨ ਹੀ ਉਹ ਪੰਜਾਬੀ ਰੰਗ ਮੰਚ ਅਤੇ ਫਿਲਮਾਂ ਦੇ ਬਿਹਤਰੀਨ ਕਲਾਕਾਰਾਂ ਦੇ ਸੰਪਰਕ ਦੇ ਵਿੱਚ ਆਇਆ। ਉਸਨੇ ਜਸਵਿੰਦਰ ਭੱਲਾ, ਮੇਹਲ ਮਿੱਤਰ, ਰਾਣਾ ਰਣਵੀਰ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਯੋਗਰਾਜ ਅਤੇ ਗੱਗੂ ਗਿੱਲ ਵਰਗੇ ਸੁਪਰਹਿੱਟ ਕਲਾਕਾਰਾਂ ਦੇ ਨਾਲ ਕੰਮ ਕਰਕੇ ਪੰਜਾਬੀ ਸਿਨੇਮਾ ਨੂੰ 4 ਚੰਨ ਲਾ ਦਿੱਤੇ। ਜੀ ਹਾਂ, ਇਹ ਬਹੁਤ ਬਹੁਤ ਵਧੀਆ ਕਲਾਕਾਰ ਰਿਹਾ ਸੀ। ਸਰੂਪ ਪਰਿੰਦਾ ਸਾਰੀ ਉਮਰ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ। ਉਸਦੀ ਕਾਮੇਡੀ ਦੇ ਵਿੱਚ ਵਿਅੰਗ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਹੁੰਦਾ ਸੀ। ਸਮਾਜ ਦੀ ਦਸ਼ਾ ਨੂੰ ਉਹ ਬਾਖੂਬੀ ਆਪਣੀ ਅਦਾਕਾਰੀ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦਾ ਸੀ। ਲੋਕਾਂ ਨੂੰ ਹਸਾਉਣ ਅਤੇ ਚਾਚੀ ਅਤਰੋ ਨੂੰ ਅਮਰ ਕਰਨ ਵਾਲਾ ਸਰੂਪ ਪਰਿੰਦਾ 4 ਮਾਰਚ 2016 ਨੂੰ ਰੁਖਸਤ ਹੋ ਗਿਆ ਸੀ। ਸਰੂਪ ਪਰਿੰਦਾ ਹੁਣ ਸਰੀਰਕ ਰੂਪ ਦੇ ਵਿੱਚ ਭਾਵੇਂ ਸਾਡੇ ਕੋਲ ਨਹੀਂ, ਪਰੰਤੂ ਚਾਚੀ ਅਤਰੋ ਦੇ ਕਿਰਦਾਰ ਦੇ ਰੂਪ ਵਿੱਚ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹੇਗਾ। ਇਹ ਗੱਲ ਬਿਲਕੁਲ ਜਿਹੜੀ ਹੈ ਸਾਫ਼ ਹੈ। ਉੱਧਰ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ 16 ਸਾਲਾ ਵਿਦਿਆਰਥਣ ਨੇ ਬਾਥਰੂਮ ਦੇ ਵਿੱਚ ਇੱਕ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਹੈ। ਨਾਬਾਲਗ ਵਿਦਿਆਰਥਣ ਪ੍ਰੈਗਨੈਂਸੀ ਤੋਂ ਅਣਜਾਣ ਸੀ, ਇਸ ਦੇ ਬਾਰੇ ਉਸਨੂੰ ਪਤਾ ਨਹੀਂ ਸੀ। ਮਾਮਲਾ ਜਿਹੜਾ ਹੈ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੇ ਜਿੱਥੇ ਕਿ ਕੋਠਾ ਪਟਨਮ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਜਿਹੜੀ ਹੈ ਸਾਹਮਣੇ ਲਿਆਉਂਦਾ ਹੈ, ਜਿੱਥੇ ਇੱਕ 16 ਸਾਲਾ ਵਿਦਿਆਰਥਣ ਨੇ ਸਰਕਾਰੀ ਗਰਲਜ਼ ਹੋਸਟਲ ਦੇ ਬਾਥਰੂਮ ਦੇ ਵਿੱਚ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ। ਇਹ ਵਿਦਿਆਰਥਣ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਾ ਦੀ ਪਹਿਲੇ ਸਾਲ ਦੀ ਇੰਟਰਮੀਡੀਏਟ ਵਿਦਿਆਰਥਣ ਸੀ ਅਤੇ ਪਿਛਲੇ 2 ਮਹੀਨਿਆਂ ਤੋਂ ਹੋਸਟਲ ਦੇ ਵਿੱਚ ਰਹਿ ਰਹੀ ਸੀ। ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਦੀ ਜਾਣਕਾਰੀ ਨਹੀਂ ਸੀ।
ਹਾਲਾਂਕਿ ਬਿਲਕੁਲ ਇਸ ਤੋਂ ਬਾਅਦ ਜਿਹੜੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਵਿਦਿਆਰਥਣ ਨੂੰ ਹਸਪਤਾਲ ਪਹੁੰਚਾਇਆ ਔਰ ਇਸ ਘਟਨਾ ਦੀ ਜਿਹੜੀ ਹੈ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।